ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਸਾਰਿਆਂ ਦਾ ਆਪਣੇ ਚੈਨਲ ਪ੍ਰੀਤ ਵਲੌਗ 'ਚ। ਉਮੀਦ ਕਰਦੇ ਹਾਂ ਸਾਰੇ ਠੀਕ ਠਾਕ ਹੋਵੋਗੇ। ਜਿੱਦਾਂ ਕਿ ਤੁਹਾਨੂੰ ਪਤਾ ਵਾ ਮੈਰਿਜ ਚੱਲ ਰਹੀ ਸੀ, ਦੱਸਿਆ ਸੀਗਾ ਤਾਂ ਵੀਡੀਓਜ਼ ਉਸ ਕਰਕੇ ਲੇਟ ਆਈਆਂ, ਪਰ ਹੁਣ ਲਗਾਤਾਰ ਆਉਂਦੀਆਂ ਰਹਿਣਗੀਆਂ। ਮੈਰਿਜ ਦੀ ਵੀਡੀਓਜ਼ ਵੀ ਤੁਹਾਡੇ ਕੋਲ ਪਹੁੰਚ ਜੂਗੀ। ਅਤੇ ਅੱਜ ਅਸੀਂ ਚੱਲੇ ਹਾਂ ਘੁੰਮਣ ਵਿਆਹ ਤੋਂ ਬਾਅਦ। ਸੋ ਮਨੀਸ਼ਾ ਨਾਲ ਬੈਠੀ ਆ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅਤੇ ਹਾਂਜੀ, ਅਤੇ ਜਿਨ੍ਹਾਂ ਵੀਰ ਨਵੇਂ ਜੁੜਿਆ ਵੀਰੇ ਚੈਨਲ ਸਭ ਤੋਂ ਪਹਿਲਾਂ ਸਬਸਕ੍ਰਾਈਬ ਕਰ ਦਿਓ ਅਤੇ ਅੱਗੇ ਦੀ ਅੱਗੇ ਬਣੇ ਰਹੋ। ਅਸੀਂ ਹੁਣ ਲਾਡੋਵਾਲ ਪਹੁੰਚਣ ਵਾਲੇ ਹਾਂ, ਟੂਰ 'ਤੇ ਹਿਮਾਚਲ ਚੱਲੇ ਹਾਂ। ਅਤੇ ਆ ਜਾਓ ਫਿਰ ਅੱਗੇ ਦੀ ਅੱਗੇ ਗੱਲਾਂ ਬਾਤਾਂ ਕਰਦੇ ਰਹਿੰਦੇ ਹਾਂ, ਅਤੇ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਦਿਓ ਜੇ ਨਹੀਂ ਕੀਤਾ। ਸੋ ਹੁਣ ਪਹਾੜ ਸਟਾਰਟ ਹੋ ਚੁੱਕਿਆ, ਅਸੀਂ ਹੁਸ਼ਿਆਰਪੁਰ ਟੱਪੇ ਆਏ ਹਾਂ। ਹੁਸ਼ਿਆਰਪੁਰ ਟੱਪ ਦੇ ਸਾਰੇ ਸ਼ੁਰੂ ਹੋ ਜਾਂਦੇ ਨਾ ਪਹਾੜ। ਪੰਜਾਬ ਦੇ ਪਹਾੜ ਆ ਸੁੱਕੇ। ਅੱਛਾ, ਪੰਜਾਬ ਦੇ ਪਹਾੜ ਆ। ਹਜੇ ਹਿਮਾਚਲ ਪ੍ਰਦੇਸ਼ ਆਇਆ ਨੀ ਮਤਲਬ? ਅੱਛਾ ਜੀ, ਮੌਸਮ ਤਾਂ ਸਾਫ ਆ। ਉੱਪਰ ਪਹਾੜਾਂ ਚ ਮੀਂਹ ਪੈਂਦਾ ਹੋਵੇ ਤਾਂ ਪਤਾ ਨੀ, ਪਰ ਹਜੇ ਮੌਸਮ ਸਾਫ ਆ। ਇੱਥੇ ਅਸੀਂ ਬ੍ਰੇਕਫਾਸਟ ਲਈ ਰੁਕੇ ਆ, ਹੋਟਲ ਉਮੀਦ ਗ੍ਰੈਂਡ। ਕਿਵੇਂ ਦਾ ਲੱਗ ਰਿਹਾ ਜੀ? ਬਹੁਤ ਵਧੀਆ ਲੱਗ ਰਿਹਾ। ਫਰਸਟ ਟਾਈਮ ਪਹਾੜ ਤੇ ਗੱਡੀ ਚਲਾਈ ਹੈ ਤੁਸੀਂ? ਵਧੀਆ ਗਿਆ ਹੁਣ ਤੱਕ ਸਫ਼ਰ? ਹਾਂਜੀ। ਹੁਣ ਦੇਖਦੇ ਹਾਂ ਬ੍ਰੇਕਫਾਸਟ ਕਿੱਦਾਂ ਦਾ ਇਹਦਾ, ਤੇ ਉਸ ਤੋਂ ਬਾਅਦ ਤੁਹਾਨੂੰ ਦੱਸਦੇ ਹਾਂ ਫੂਡ ਕੁਆਲਿਟੀ। ਬਾਕੀ ਹੋਟਲ ਤੁਸੀਂ ਦੇਖ ਸਕਦੇ ਹੋ, ਬਹੁਤ ਵਧੀਆ ਹੋਟਲ। ਵਧੀਆ ਪਿੱਛੇ ਰੂਮ ਵੀ ਹੈਗੇ ਆ, ਪਰ ਇੰਨੀ ਨੇੜੇ ਤਾਂ ਜ਼ਿਆਦਾਤਰ ਕੋਈ ਰਹੂਗਾ ਨਹੀਂ, ਬਾਕੀ ਕੋਈ ਰਹਿ ਵੀ ਸਕਦਾ ਜਿਹਨੇ। ਸਟਾਰਟਿੰਗ ਹੀ ਆ ਹਜੇ ਉਹਦੇ, ਪਹਾੜ ਮੁੱਕੇ ਹੀ ਨੇ। ਪਹਾੜਾਂ ਦਾ ਵੀ ਸਾਹਮਣੇ ਵਿਊ ਬਹੁਤ ਵਧੀਆ ਵਾ, ਦੇਖ ਕਿੰਨੀ ਦੂਰ ਤੱਕ ਪਹਾੜੀ ਪਹਾੜ। ਕਿੰਨਾ ਕਲੀਨ ਆ, ਗਰਮੀਆਂ 'ਚ ਇੱਥੇ ਗਰਮੀ ਹੋਊਗੀ। ਜੇ ਕੋਈ ਸਰਦੀਆਂ 'ਚ ਆ ਰਿਹਾ ਉਹ ਤਾਂ ਰਹਿ ਸਕਦਾ ਇੱਥੇ। ਕਲੀਨ ਵੀ ਆ। ਹਾਂ, ਕਲੀਨ ਵੀ ਹੈਗਾ। ਚਲੋ ਚਲੀਏ, ਹਾਂਜੀ ਅੰਦਰ ਦਿਖਾਣਾ ਦੇ। ਹਾਂਜੀ, ਤਾਂ ਬ੍ਰੇਕਫਾਸਟ ਕਰ ਚੁੱਕੇ ਹਾਂ ਅਤੇ ਖਾਣਾ ਬਹੁਤ ਵਧੀਆ ਸੀਗਾ। ਜੇ ਕੋਈ ਆ ਰਿਹਾ ਬ੍ਰੇਕਫਾਸਟ ਲਈ ਇੱਥੇ ਸਟਾਰਟਿੰਗ 'ਚ ਰੁਕ ਸਕਦਾ ਵਾ, ਬਹੁਤ ਵਧੀਆ ਖਾਣਾ ਵਾ ਅਤੇ ਹੁਣ ਰੀਜ਼ਨੇਬਲ ਵੀ ਆ। ਅਤੇ ਹੁਣ ਅਸੀਂ ਉੱਪਰ ਜਾ ਰਹੇ ਹਾਂ ਅੱਗੇ ਅਤੇ ਚੱਲਣ ਲਈ, ਅਤੇ ਆਹ ਹਾਜਮੁੱਲਾ ਖਾਧੀ ਜਾ ਰਹੀ ਆ, ਖਾਣਾ ਹਾਜਮ ਕਰਿਆ ਜਾ ਰਿਹਾ ਵਾ। ਅਤੇ ਬਾਕੀ ਅਸੀਂ ਸੋਚਿਆ ਸੀ ਗੱਡੀ 'ਚ ਨਾਲ ਨਾਲ ਤੁਹਾਡੇ ਨਾਲ ਗੱਲਾਂ ਕਰਾਂਗੇ, ਪਰ ਰੋਡ ਥੋੜ੍ਹੀਆਂ ਬਿੰਗੀਆਂ ਟੇਢੀਆਂ ਕਰਕੇ ਨਾ ਗੱਲ ਨਹੀਂ ਹੋ ਪਾਣੀ ਹੈਗੀ, ਪਰ ਜਿੱਥੇ ਜਿੱਥੇ ਅਸੀਂ ਖੜ੍ਹਦੇ ਰਹੇ ਉੱਥੇ ਆਪਾਂ ਤੁਹਾਡੇ ਨਾਲ ਗੱਲਾਂ ਕਰਦੇ ਰਹਾਂਗੇ। ਅਤੇ ਆਓ ਫਿਰ ਅੱਗੇ ਜਰਨੀ ਕੰਟੀਨਿਊ ਕਰਦੇ ਹਾਂ ਅਤੇ ਆਪਦੇ ਨਾਲ ਨਾਲ ਤੁਹਾਨੂੰ ਵੀ ਜਿੰਨੇ ਵਧੀਆ ਵਿਊ ਹੋ ਸਕੇ ਤੁਹਾਨੂੰ ਵੀ ਦਿਖਾਉਂਦੇ ਹਾਂ। ਆਜੋ ਫਿਰ ਚੱਲੀਏ। ਬਰਫ਼ ਪਈ ਹੋਈ ਆ ਪਹਾੜਾਂ ਤੇ, ਕਿੰਨਾ ਸੋਹਣਾ ਵਿਊ ਆ। ਬੱਦਲ ਨੀਚੇ ਆਏ ਹੋਏ ਨੇ। ਤੁਸੀਂ ਕਦੇ ਰੀਅਲ 'ਚ ਦੇਖੀ ਆ ਬਰਫ਼ ਪਈ ਹੋਈ ਪਹਾੜਾਂ ਤੇ? ਦੇਖਿਆ ਇਸ ਤੋਂ ਪਹਿਲਾਂ? ਕੁੱਲੂ ਮਨਾਲੀ ਗਏ ਸੀ ਨਾ ਰੋਹਤਾਂਗ। ਫਾਈਨਲੀ ਮਕਲੋੜਗੰਜ ਪਹੁੰਚ ਚੁੱਕੇ ਹਾਂ। ਬੜਾ ਘੈਂਟ ਵੈਦਰ ਆ, ਠੰਡ ਬਹੁਤ ਜ਼ਿਆਦਾ ਵਾ। ਹਾਂਜੀ, ਠੰਡ ਨੇ ਤੌਬਾ ਤੌਬਾ ਕਰੀ ਪਈ ਆ, ਮੌਸਮ ਤੁਸੀਂ ਦੇਖ ਹੀ ਚੁੱਕੇ ਹੋ, ਵੈਦਰ ਬੜਾ ਘੈਂਟ ਆ। ਪਿੱਛੇ ਮੈਡਮ ਆਪਦਾ ਸਮਾਨ ਸਮੂਨ ਟਿਕਾ ਰਹੀ ਆ, ਅਤੇ ਹੁਣ ਥੋੜ੍ਹਾ ਬਹੁਤਾ ਰੈਸਟ ਕਰ ਲਈਏ, ਖਾ ਪੀ ਲਈਏ ਅਤੇ ਨਾਲ ਨਾਲ ਮਾਰਕੀਟ ਚੱਲਦੇ ਹਾਂ, ਘੁੰਮਦੇ ਫਿਰਦੇ ਹਾਂ। ਅੱਜ ਆਪਾਂ ਕੀ ਕਰਦੇ ਹਾਂ ਸੋਚਦੇ ਹਾਂ, ਵੈਸੇ ਅਜੇ ਸੋਚਿਆ ਤਾਂ ਹੈ ਨਹੀਂ। ਬਾਕੀ ਤਰਿਉਣ ਦਾ ਜਾਣ ਦਾ ਸੋਚਦੇ ਹਾਂ, ਜੇ ਟਰੈਕਿੰਗ ਮੇ ਵੀ ਚੱਲ ਰਹੀ ਹੋਈ ਤਾਂ ਜ਼ਰੂਰ ਜਾਵਾਂਗੇ। ਉਹ ਬਿਲਕੁਲ ਸਿਰੇ 'ਤੇ ਦੇਖ ਸਕਦੇ ਹੋ, ਜੇ ਕੈਮਰਾ ਜਸਟੀਫਾਈ ਕਰਦਾ, ਬਰਫ਼ ਵਾਲੇ ਪਹਾੜ ਦਿਖ ਰਹੇ ਆ, ਬਰਫ਼ ਪਈ ਹੋਈ ਆ ਪੂਰੀ। ਕਹਿੰਦੇ ਆ ਵੀ ਉਦੋਂ ਅੱਗੇ ਚਾਈਨਾ ਦਾ ਬਾਰਡਰ ਆ, ਹੁਣ ਦੇਖਿਆ ਜਾਂ ਹੈ ਨਹੀਂ ਕਿਸੇ ਨੇ ਅਸੀਂ ਵੀ ਹੈ ਜਾਂ ਨਹੀਂ ਹੈ ਚਾਈਨਾ ਦਾ ਬਾਰਡਰ। ਅਤੇ ਚਲੋ ਮਿਲਦੇ ਹਾਂ ਫਿਰ। ਬੜਾ ਡੋਮਲੇਟ ਖਾਧਾ ਜਾ ਰਿਹਾ, ਬਹੁਤ ਟੇਸਟੀ, ਵੈਰੀ ਨਾਈਸ। ਇਹ ਖਾ ਕੇ ਅੱਗੇ ਫਿਰ ਤੁਹਾਨੂੰ ਦਿਖਾਉਂਦੇ ਹਾਂ ਹੋਰ ਵਾਦੀਆਂ। ਹਾਂਜੀ, ਠੰਡ ਬਹੁਤ ਜ਼ਿਆਦਾ ਹੋ ਗਈ ਆ, ਜਾਕਟ ਸਕਾਫ ਪੈ ਚੁੱਕਿਆ ਵਾ। ਜਦੋਂ ਤੁਰੇ ਸੀਗੇ ਨਾ ਮੇਰੇ ਹਾਫ ਬਾਜੂ ਦੀ ਪਾਈ ਹੋਈ ਸੀ। ਹਾਂ, ਹੁਣ ਥੋੜ੍ਹੀ ਜਿਹੀ ਸ਼ਾਪਿੰਗ ਕਰਨ ਆਏ ਹਾਂ, ਬ੍ਰਸ਼ ਵਗੈਰਾ ਭੁੱਲ ਗਏ ਸੀਗੇ, ਉਹ ਲੈ ਕੇ ਰੋਟੀ ਖਾਵਾਂਗੇ। ਰੋਟੀ ਖਾ ਕੇ ਫਿਰ ਰੂਮ 'ਚ ਚੱਲਦੇ ਹਾਂ, ਅੱਜ ਜ਼ਿਆਦਾ ਤਾਂ ਨਹੀਂ ਫਿਰਿਆ ਜਾਣਾ ਅਤੇ ਕੱਲ੍ਹ ਤੋਂ ਤੁਹਾਨੂੰ ਸਾਰਾ ਆਪਾਂ
दिखावांगे जो भी घूमा फिरांगे जिथे भी जावांगे ते अज खाना खान अगे जाना वह भी थोनू दिखाने कि ढाबे ते जाने आ ते आ जाओ हुण पहला ब्रश वगैरह लै लिए हाँ जी शॉपिंग वगैरह कर लिया तो बाकी टाइम थोड़ा घट होया सी तो डिनर लई थोड़ा लेट जावांगे साढ़े क पाँच बजे आ सत्त अठ बजे जावांगे ठंड बड़ी ज़्यादा सीगी तो असी क्या एवं बाहर हजे फिरन का फायदा नहीं नेरा भी हो चुकया वा तो कल तो मेन आप थोनों सब दिखावांगे की आ इत्थे जिन बाकी मोस्टली तो साढ़े जो लोग आए हो जे नहीं आए वो देख सकते बहुत वधिया जगह वा तो प्लेस बहुत वधिया वा बाकी सफ़र बहुत वधिया रहा सफारी तो पहली बार इन्ना दूर आप ड्राइव करके आया ज़्यादा कितने जाती लई जाया ही नहीं गया सफ़र इन्ना करया नहीं गया तो ना थोनू रिव्यू कराया गया अंबरसर वगैरह तक जरूर गए हुए एक अद्धी शायद आई भी हुई है इत्थे तो सफ़र बहुत वधिया रहा गड्डी ते आपां ना तो हुण थोड़ी देर रैसट कर लीए तो फ्रैश वगैरह हो जाइए तो उस तो बाद आप डिनर करते हैं तो किहड़े रेस्टोरेंट जाने वो सारा थोनू दिखाने तो उस तो बाद ब्लॉग अज एंड कर देंगे थोड़ा ब्लॉग छोटा होगा तो बाकी जिदे दिन आप इतने रहेंगे वो पार्ट्स उन्होंने मिलते रहेंगे जिमें जिमें आप ट्रैवल करा सो रोटी खान आए हुए ऑर्डर करता तो यहाँ नात्री मूर्ति पंजाबी ढाबा वा वैसे अभी शिव पंजाबी ढाबे पर जाना सी पर बंद हो गया हूँ यदा फूड पता नहीं कि जाऊगा कि जा नहीं होगा सो उस तो बाद दुध वगैरह पी के इन्हें कॉफ़ी पीनी है तो कॉफ़ी पी के सानू दोवें थके पए आ बैंड तुसीं देख सकते हो शकल दे बजे हुए तो उस तो बाद असीं सो जाना वा नींद बहुत आ रही है तो फिर आप कल नूं थोनू दर्शन देवांगे अगले व्लॉग च तद तक लई अपना ते अपने घर दे दा ध्यान रखो तो गुड नाइट जो चैनल अजे तक सबसक्राइब नहीं किया तां वीरे जरूर सबसक्राइब कर दिओ थैंक यू।